ਪੰਜਾਬੀ ਪੜ੍ਹ ਰਹੇ ਸਾਰੇ ਹੀ ਵਿਦਿਆਰਥੀਆਂ ਦਾ YouTube ਚੈਨਲ ਲਰਨ ਵਿਦ ਹਰਵਿੰਦਰ ਸਰ ਵਿੱਚ ਬਹੁਤ-ਬਹੁਤ ਸਵਾਗਤ ਹੈ ਅਤੇ ਇਸ ਵੀਡੀਓ ਵਿੱਚ ਅਸੀਂ ਕਰਾਂਗੇ 12ਵੀਂ ਜਮਾਤ ਦੀ ਲਾਜ਼ਮੀ ਪੰਜਾਬੀ ਪੁਸਤਕ ਵਿੱਚੋਂ ਸੁਜਾਨ ਸਿੰਘ ਜੀ ਦੀ ਕਹਾਣੀ ਸਾਂਝ ਇਸ ਦੇ ਬਹੁ-ਵਿਕਲਪੀ ਪ੍ਰਸ਼ਨ MCQ ਪਿਆਰੇ ਵਿਦਿਆਰਥੀ ਕਿਉਂਕਿ ਇਸ ਵੀਡੀਓ ਵਿੱਚ ਅਸੀਂ MCQ ਕੁਸ਼ਨ ਅਨਸਰ ਕੀਤੇ ਹਨ ਤੇ ਇਸ ਕਰਕੇ ਆਪ ਸਾਰੇ ਵਿਦਿਆਰਥੀ ਵੀ ਨਾਲ ਦੀ ਨਾਲ ਇਹਨਾਂ ਪ੍ਰਸ਼ਨਾਂ ਦੇ ਉੱਤਰ ਦੇਣਾ ਤੇ ਅੰਤ ਵਿੱਚ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਕੀ ਆਪ ਸਾਰਿਆਂ ਦੇ ਕਿੰਨੇ ਉੱਤਰ ਠੀਕ ਸਨ ਆਓ ਸ਼ੁਰੂ ਕਰਦੇ ਹਾਂ ਪਹਿਲਾ ਪ੍ਰਸ਼ਨ ਹੈ ਸਾਂਝ ਕਹਾਣੀ ਦੇ ਲੇਖਕ ਕੌਣ ਹਨ ਆਪਸ਼ਨਸ ਹਨ ਸੁਜਾਨ ਸਿੰਘ ਕਰਤਾਰ ਸਿੰਘ ਬਿਆਨ ਸਿੰਘ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤੇ ਇਸਦਾ ਉੱਤਰ ਹੈ ਪਹਿਲੀ ਆਪਸ਼ਨ ਸੁਜਾਨ ਸਿੰਘ ਦੂਜਾ ਪ੍ਰਸ਼ਨ ਸੁਜਾਨ ਸਿੰਘ ਰਚਿਤ ਕਹਾਣੀ ਸਾਂਝ ਵਿਚਲੇ ਪ੍ਰੋਫੈਸਰ ਪਾਤਰ ਦਾ ਪੂਰਾ ਨਾਂ ਕੀ ਹੈ ਆਪਸ਼ਨਸ ਹਨ ਪ੍ਰੋਫੈਸਰ ਮੋਹਨ ਸਿੰਘ ਦੇ ਆਰਾ ਐਲਕੇ ਮਲਿਕ या प्रोफेसर एम एल मल्होत्रा तो इसका उत्तर है चौथी ऑप्शन प्रोफेसर एम एल मल्होत्रा अगला प्रश्न प्रोफेसर की करता कॉलेज बिचों निकलिया ऑप्शन मोबाइल से गल करता कुछ सोचता सोचता कुछ पढ़ता पढ़दा या कुछ याद करता है दूजी ऑप्शन कुछ सोचता सोचता अगला प्रश्न है प्रोफेसर अपने पहरावे तो की चलिया ऑप्शन सन अमीरी गरीबी शर्म या फकीरी तो उत्तर है दूजी ऑप्शन गरीबी अगला प्रश्न है प्रोफेसर किस वाहन से सवार से स्कूटर कार बस या साइकल? तो उत्तर है चौथी ऑप्शन साइकल। अगला प्रश्न है प्रोफेसर ने कितने साल पहला साइकल चलाना सीखा सी ऑप्शन सन दस साल भी साल ती साल चालीस साल तो उत्तर है तीजी ऑप्शन ती साल अगला प्रश्न प्रोफेसर कोलों खड़, -खड़ करद लंघिया साइकल कौन चला रहा है ऑप्शन सन बुढ़ी औरत लाल चीरे वाला नौजवान अध्यापक या चौकीदार उत्तर है दूजी ऑप्शन लाल चीरे वाला नौजवान ਅਗਲਾ ਪ੍ਰਸ਼ਨ ਹੈ ਸਾਂਝ ਕਾਣੀ ਵਿਦ ਸਾਈਕਲ ਨੂੰ ਕਿਸ ਦੀ ਸਵਾਰੀ ਕਿਹਾ ਗਿਆ ਹੈ ਮਰਦਾਂ ਦੀ ਇਸਤਰੀ ਦੀ ਗਰੀਬ ਦੀ ਜਾਂ ਅਮੀਰ ਦੀ ਤੇ ਇਸ ਦਾ ਉੱਤਰ ਹੈ ਤੀਜੀ ਆਪਸ਼ਨ ਗਰੀਬ ਦੀ ਅਗਲਾ ਪ੍ਰਸ਼ਨ ਸਾਂਝ ਕਹਾਣੀ ਅਨੁਸਾਰ ਭਾਰਤ ਕਿਹੜੇ ਯੁੱਗ ਵਿੱਚ ਨਹੀਂ ਪਹੁੰਚਿਆ ਆਪਸ਼ਨ ਸਨ ਕਲ ਯੁੱਗ ਸਤ ਯੁੱਗ ਸਾਈਕਲ ਯੁੱਗ ਜਾਂ ਕੋਈ ਨਹੀਂ ਤੇ ਇਸ ਦਾ ਉੱਤਰ ਹੈ ਤੀਜੀ ਆਪਸ਼ਨ ਸਾਈਕਲ ਯੁੱਗ ਅਗਲਾ ਪ੍ਰਸ਼ਨ ਹੈ ਪ੍ਰੋਫੈਸਰ ਨੂੰ ਕਿੰਨੀ ਤਨਖਾਹ ਤੇ ਲੈਕਚਰਰਾਰੀ ਮਿਲੀ ਸੀ 100 ਰੁਪਏ ਮਹੀਨਾ 200 ਰੁਪਏ ਮਹੀਨਾ 300 ਰੁਪਏ ਮਹੀਨਾ ਜਾਂ ਮੁੱਢਲੀ ਤਨਖਾਹ ਤੇ ਤੇ ਇਸ ਦਾ ਉੱਤਰ ਹੈ ਚੌਥੀ ਆਪਸ਼ਨ ਮੁੱਢਲੀ ਤਨਖਾਹ ਤੇ ਤੇ ਮੁੱਢਲੀ ਦਾ ਅਰਥ ਹੁੰਦਾ ਸਟਾਰਟਿੰਗ ਵੀ ਸਟਾਰਟਿੰਗ ਸੈਲਰੀ ਤੇ ਉਸ ਨੂੰ ਲੈਕਚਰਰਾਰੀ ਮਿਲੀ ਸੀ ਅਗਲਾ ਪ੍ਰਸ਼ਨ ਹੈ ਪ੍ਰੋਫੈਸਰ ਨੂੰ ਕੌਣ ਪੱਥਰ ਦਿਲ ਜਾਪਿਆ ਆਪਸ਼ਨਸ ਹਨ ਬੁੱਢੀ ਔਰਤ ਚੌਕੀਦਾਰ ਲਾਲ ਚੀਰੇ ਵਾਲਾ ਇਹ ਬੱਸ ਡਰਾਈਵਰ ਤੇਜਾ ਉੱਤਰ ਹੈ ਲਾਲ ਚੀਰੇ ਵਾਲਾ ਤੇ ਜਦੋਂ ਬੁੱਢੀ ਔਰਤ ਦੇ ਰੁਕਣ ਦੇ باوجود ਸਾਈਕਲ ਪੇ ਜਾ ਕੇ ਲੈ ਗਿਆ ਸੀਗਾ ਤੇ ਉਦੋਂ ਪ੍ਰੋਫੈਸਰ ਨੂੰ ਲਾਲ ਚੀਰੇ ਵਾਲਾ ਪੱਥਰ ਦਿਲ ਚਾਪਿਆ ਅਗਲਾ ਪ੍ਰਸ਼ਨ ਸਾਹਜ ਘਾਣੀ ਦੀ ਘਟਨਾ ਕਿਹੜੇ ਦੇਸੀ ਮਹੀਨੇ ਵਿੱਚ ਵਾਪਰਦੀ ਹੈ অপਸ਼ਨਸ ਹਨ ਜੇਡ ਚੇਤ ਸਾਵਣ ਜਾਂ ਪਾਦੋ ਤੇਜਾ ਉੱਤਰ ਹੈ ਪਹਿਲੀ অপਸ਼ਨ ਜੇਡ ਅਗਲਾ ਪ੍ਰੈਸ਼ਨ ਹੈ ਪ੍ਰੋਫੈਸਰ ਨੂੰ ਕਿਹੜੀ ਕਵਿਤਾ ਦਾ ਚੇਤਾ ਆਇਆ ਤੇ ਜਦੋਂ ਉਹ ਸਾਈਕਲ ਚਲਾ ਰਿਹਾ ਸੀ ਤਾਂ ਉਸ ਨੂੰ ਇੱਕ ਕਵਿਤਾ ਦਾ ਚੇਤਾ ਆਇਆ ਸੀਗਾ ਉਹ ਕਵਿਤਾ ਕਿਹੜੀ ਸੀ অপਸ਼ਨ ਸਨ ਇਹ ਲੰਮਤੇ ਅਮਲ ਸਾਈਕਲ ਤੇ ਪਹਾੜੀ ਉਤੋਂ ਥੱਲੇ ਉਤਰਦੇ ਆ ਮੈਂ ਪੰਜਾਬੀ ਜਾਂ ਟੁਕੜੀ ਜਗ ਤੋਂ ਨਿਆਰੀ ਤੇ ਜੇ ਉਤਰਿਆ ਦੂਜੀ ਆਪਸ਼ਨ ਸਾਈਕਲ ਤੇ ਪਹਾੜੀ ਉਤੋਂ ਥੱਲੇ ਉਤਰਦੇ ਆ ਅਗਲਾ ਪ੍ਰੈਸ਼ਨ ਹੈ ਸਾਂਝ ਕਹਾਣੀ ਵਿੱਚ ਬੁੱਢੀ ਮਾਇਨੇ ਕਿਹੜੇ ਪਿੰਡ ਚਾੜਾ ਸੀ ਬਾਗਾਂ ਵਾਲੇ ਸਹੇੜੇ ਮੋਰਾਵਲੇ ਹਾਂ ਬਹਾਦਰਪੁਰ ਤੇ ਜਵਾਬ ਤੇ ਦੂਜੀ ਆਪਸ਼ਨ ਸਹੇੜੇ ਅਗਲਾ ਪ੍ਰਸ਼ਨ ਹੈ ਸਾਂਝ ਕਹਾਣੀ ਵਿੱਚ ਕਿਸ ਨੂੰ ਚੰਗੀ ਤਰ੍ਹਾਂ ਨਹੀਂ ਦਿਸਦਾ ਸੀ ਆਪਸ਼ਨਸ ਹਨ ਬੁੱਢੀ ਔਰਤ ਨੂੰ ਪ੍ਰੋਫੈਸਰ ਨੂੰ ਲਾਲਚੀਰੇ ਵਾਲੇ ਨੂੰ ਜਾਂ ਦਿਨੇਸ਼ ਨੂੰ ਤੇ ਜਵਾਬ ਹੈ ਪਹਿਲੀ ਆਪਸ਼ਨ ਬੁੱਢੀ ਔਰਤ ਨੂੰ ਅਗਲਾ ਪ੍ਰਸ਼ਨ ਹੈ ਬੁੱਢੀ ਔਰਤ ਦੇ ਸਿਰ ਤੇ ਕਿਸ ਦੇ ਜਾਲ ਵਰਗੀ ਤੰਦੋ ਤੰਦ ਹੋਈ ਚੁੰਨੀ ਸੀ অপশনস ਹਨ ਕਬੂਤਰਾਂ ਦੇ ਜਾਲ ਮਛੀਆਂ ਦੇ ਜਾਲ ਪੰਛੀਆਂ ਦੇ ਜਾਲ ਜਾਂ ਬਟੇਰਿਆਂ ਦੇ ਜਾਲ ਤੇ ਸਹੀ ਜਵਾਬ ਹੈ ਚੌਥੀ অপਸ਼ਨ ਬਟੇਰਿਆਂ ਦੇ ਜਾਲ ਤੇ ਬਟੇਰਾ ਤਿੱਤਰ ਤੋਂ ਛੋਟਾ ਪੰਛੀ ਹੁੰਦਾ ਪਰ ਉਸ ਦੀ ਸ਼ਕਲ ਉਹ ਤਿੱਤਰ ਵਰਗੀ ਹੁੰਦੀ ਹੈ ਤੇ ਉਹ ਜ਼ਮੀਨ ਤੇ ਰਹਿਣ ਵਾਲਾ ਇੱਕ ਫਸਲੀ ਪੰਛੀ ਹੁੰਦਾ ਹੈ ਅਗਲਾ ਪ੍ਰਸ਼ਨ ਹੈ ਬੁੱਢੀ ਔਰਤ ਦੇ ਗੰਦੇ ਥੈਲੇ ਵਿੱਚ ਕੀ ਸੀ ਦੁਪੱਟਾ ਰੋਟੀ ਪਾਣੀ ਦੀ ਬੋਤਲ ਇਹ ਗੰਦਾ ਪਾਟਾ ਹੋਇਆ ਡੱਬੀਦਾਰ ਖੇਸ ਤੇਜ ਉੱਤਰ ਚੌਥੀ ਆਪਸ਼ਨ ਗੰਦਾ ਪਾਟਾ ਹੋਇਆ ਡੱਬੀਦਾਰ ਖੇਸ ਅਗਲਾ ਪ੍ਰਸ਼ਨ ਹੈ ਸਾਂਝ ਘਾਣੇ ਵਿੱਚ ਰਸ ਦੀ ਕੀਮਤ ਕਿੰਨੀ ਸੀ ਤਿੰਨ ਨਵੇਂ ਪੈਸੇ ਤਿੰਨ ਨੰਨੇ 3 ਰੁਪਏ ਜਾਂ 1.9 ਤੇਜ ਉੱਤਰ ਹੈ ਪਹਿਲੀ ਆਪਸ਼ਨ ਤਿੰਨ ਨਵੇਂ ਪੈਸੇ ਅਗਲਾ ਪ੍ਰਸ਼ਨ ਹੈ ਸਾਂਝ ਘਾਣੇ ਵਿੱਚ ਕੌਣ ਰਸ ਰਸ ਦੀ ਰੱਟ ਲਗਾ ਦਿੰਦਾ ਸੀ ਨਰੇਸ਼ ਰਮੇਸ਼ ਦਿਨੇਸ਼ ਜਾਂ ਲਾਲ ਚੀਰੇ ਵਾਲਾ ਤੇ ਇਸ ਦਾ ਉੱਤਰ ਹੈ ਤੀਜੀ ਆਪਸ਼ਨ ਦਿਨੇਸ਼ ਤੇ ਦਿਨੇਸ਼ ਨੇ ਰਸ ਖਾਣਾ ਸੀ ਤੇ ਇਸ ਕਰਕੇ ਉਹ ਰਸ ਰਸ ਦੀ ਰੱਟਾ ਲਗਾ ਕੇ ਬੈਠਾ ਸੀ ਅਗਲਾ ਪ੍ਰਸ਼ਨ ਹੈ ਸਾਂਝ ਕਹਾਣੀ ਦੇ ਅੰਤ ਵਿੱਚ ਕਿਸ ਦੀ ਸਾਂਝ ਪੈ ਗਈ ਆਪਸ਼ਨ ਸਨ ਪ੍ਰੋਫੈਸਰ ਅਤੇ ਬੁੱਢੀ ਔਰਤ ਪ੍ਰੋਫੈਸਰ ਅਤੇ ਲਾਲ ਚੀਰੇ ਵਾਲਾ ਪ੍ਰੋਫੈਸਰ ਅਤੇ ਦਿਨੇਸ਼ ਜਾਂ ਲਾਲ ਚੀਰੇ ਵਾਲਾ ਤੇ ਬੁੱਢੀ ਔਰਤ ਤੇ ਇਸ ਦਾ ਉੱਤਰ ਹੈ ਪ੍ਰੋਫੈਸਰ ਅਤੇ ਲਾਲ ਚੀਰੇ ਵਾਲਾ ਅਗਲਾ ਪ੍ਰਸ਼ਨ ਹੈ ਪ੍ਰੋਫੈਸਰ ਦੇ ਮਨ ਵਿੱਚ ਬੁੱਢੀ ਮਾਈ ਬਾਰੇ ਕੀ ਖਿਆਲ ਆਉਂਦਾ ਹੈ অপਸ਼ਨਸ ਹਨ ਉਸ ਵੱਲ ਧਿਆਨ ਨਾ ਦੇਵੇ ਉਸ ਨੂੰ ਡਾਂਟ ਦੇਵੇ ਉਸ ਦੀ ਮਦਦ ਕਰਨ ਬਾਰੇ ਜਾਂ ਉਸ ਨੂੰ ਆਪਣੇ ਘਰ ਲੈ ਜਾਣ ਬਾਰੇ ਤੇ ਜਵਾਬ ਹੈ ਚੌਥੀ ਆਪਸ਼ਨ ਉਸ ਨੂੰ ਆਪਣੇ ਘਰ ਲੈ ਜਾਣ ਬਾਰੇ ਅਗਲਾ ਪ੍ਰਸ਼ਨ ਹੈ ਪ੍ਰੋਫੈਸਰ ਦੀ ਜੇਬ ਵਿੱਚ ਕਿੰਨੇ ਪੈਸੇ ਸਨ 100 ਰੁਪਏ 98 30 ਪੈਸੇ ਜਾਂ 200 ਰੁਪਏ ਤੇ ਜਵਾਬ ਹੈ 30 ਪੈਸੇ ਅਗਲਾ ਪ੍ਰਸ਼ਨ ਹੈ ਪ੍ਰੋਫੈਸਰ ਨੂੰ ਕਿਸੇ ਕੋਲੋਂ ਪੈਸੇ ਮੰਗਣ ਤੇ ਕੀ ਖੁਸ਼ ਜਾਣਦਾ ਦਰਸੀ অপਸ਼ਨਸ ਹਨ ਇੱਜ਼ਤ ਅਮੀਰੀ ਨੌਕਰੀ ਜਾਂ ਸਲਾਮਤ ਤੇ ਸਹੀ ਉੱਤਰ ਹੈ ਚੌਥੀ ਆਪਸ਼ਨ ਸਲਾਮਤ ਅਗਲਾ ਪ੍ਰਸ਼ਨ ਹੈ ਸਾਂਝ ਕਰਨੀ ਵਿੱਚ ਸੜਕ ਵਿੱਚ ਕੀ ਉਭਰਿਆ ਹੋਇਆ ਸੀ অপਸ਼ਨਸ ਹਨ ਰੋੜੇ ਇਟ ਲੋਹੇ ਦੀ ਪੱਤੀ ਜਾਂ ਗਟਰ ਦਾ ਟੱਕਣ ਤੇ ਸਹੀ ਉੱਤਰ ਹੈ ਪਹਿਲੀ ਆਪਸ਼ਨ ਰੋੜੇ ਅਗਲਾ ਪ੍ਰਸ਼ਨ ਹੈ ਜੂਨ ਦੇ ਮਹੀਨੇ ਕਿਹੜਾ ਦੇਸੀ ਮਹੀਨਾ ਹੁੰਦਾ ਹੈ ਵਿਸਾਖ ਜੇਠ ਭਾਦੋਂ ਜਾਂ ਅਸੂ ਤੇ ਸਹੀ ਉੱਤਰ ਹੈ ਦੂਜੀ ਆਪਸ਼ਨ ਜੇਠ ਅਗਲਾ ਪ੍ਰਸ਼ਨ ਹੈ ਹਰ ਪਹਾੜੀ ਦਾ ਪਾਵੇਂ ਕਿੰਨੀ ਉੱਚੀ ਹੋਵੇ ਅੰਤ ਜ਼ਰੂਰ ਹੁੰਦਾ ਹੈ ਇਹ ਕਥਨ ਕਿੱਥੇ ਦਰਜ ਸੀ ਆਪਸ਼ਨਸ ਹਨ ਵਾਰਤਕ ਪਾਠ ਅੰਗਰੇਜ਼ੀ ਦੀ ਕਵਿਤਾ ਰਸਾਲੇ ਪਾਠ ਜਾਂ ਪੰਜਾਬੀ ਕਵਿਤਾ ਤੇ ਸਹੀ ਉੱਤਰ ਹੈ ਦੂਜੀ ਆਪਸ਼ਨ ਅੰਗਰੇਜ਼ੀ ਦੀ ਕਵਿਤਾ ਤੇ ਉਸ ਅੰਗਰੇਜ਼ੀ ਦੀ ਕਵਿਤਾ ਦਾ ਕੀ ਨਾਮ ਸੀ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ ਅਗਲਾ ਪ੍ਰਸ਼ਨ ਹੈ ਸੁੱਕੇ ਨਾਲੇ ਦੇ ਕੰਡੇ ਕਿਹੜੀ ਚਾੜ ਲੱਗੀ ਹੋਈ ਸੀ ਅੱਕ ਦੀ 베ਰੀ ਦੀ ਨਿੰਮ ਦੀ ਜਾਂ ਤੋਰੀ ਦੀ ਤੇ ਜਵਾਬ ਹੈ ਪਹਿਲੀ ਆਪਸ਼ਨ ਅੱਕ ਦੀ ਅਗਲਾ ਪ੍ਰਸ਼ਨ ਹੈ ਮਾਈ ਪਿੰਡ ਵਿੱਚ ਉਹ ਕਿੱਥੇ ਰਹਿੰਦੀ ਸੀ ਇਹ ਪ੍ਰਸ਼ਨ ਇਸ ਤਰ੍ਹਾਂ ਵੀ ਪੁੱਛਿਆ ਜਾ ਸਕਦਾ ਬੁੱਢੀ ਪਿੰਡ ਵਿੱਚ ਕਿੱਥੇ ਰਹਿੰਦੀ ਸੀ অপশনস ਹਨ ਮਹਿਲ ਵਿੱਚ ਆਸ਼ਰਮ ਵਿੱਚ ਝੁੱਗੀ ਵਿੱਚ ਜਾਂ ਘਰ ਵਿੱਚ ਤੇ ਜਵਾਬ ਉੱਤਰ ਹੈ ਤੀਜੀ অপਸ਼ਨ ਝੁੱਗੀ ਵਿੱਚ ਅਗਲਾ ਪ੍ਰਸ਼ਨ ਹੈ ਇਤਿਹਾਸਿਕ ਗੁਰਦੁਆਰੇ ਦੇ ਦਰਵਾਜ਼ੇ ਕੋਲ ਸਵਾਰੀਆਂ ਬਸ ਦਾ ਇੰਤਜ਼ਾਰ ਕਿੱਥੇ ਕਰ ਰਹੀਆਂ ਸਨ অপਸ਼ਨਸ ਹਨ ਆਂਬ ਦੇ ਰੁੱਖੇ ਹੇਠਾਂ ਪੀਪਲ ਦੇ ਰੁੱਖੇ ਹੇਠਾਂ ਤਰੇਕ ਦੇ ਹੇਠਾਂ ਜਾਂ ਅੱਕ ਦੀ ਝਾੜੀਆਂ ਹੇਠਾਂ ਤੇ ਜਵਾਬ ਉੱਤਰ ਹੈ ਤੀਜੀ অপਸ਼ਨ ਤਰੇਕ ਦੇ ਹੇਠਾਂ ਅਗਲਾ ਪ੍ਰਸ਼ਨ ਹੈ ਪ੍ਰੋਫੈਸਰ ਨੇ ਮਾਈ ਨੂੰ ਕਿੱਥੇ ਉਤਾਰਿਆ ਪਿੰਡ ਵਿੱਚ ਕਸਬੇ ਵਿੱਚ ਸ਼ਹਿਰ ਵਿੱਚ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤੇ ਜਵਾਬ ਉੱਤਰ ਹੈ ਤੀਜੀ ਆਪਸ਼ਨ ਸ਼ਹਿਰ ਵਿੱਚ ਅਗਲਾ ਪ੍ਰਸ਼ਨ ਹੈ ਮਾਈ ਦੀ ਸੁੱਧਣ ਨੂੰ ਕਿਹੋ ਜਿਹੀਆਂ ਟਾਕੀਆਂ ਲੱਗੀਆਂ ਹੋਈਆਂ ਸਨ ਸੁੱਧਣ ਹੁੰਦਾ ਸਲਵਾਰ ਗੋਲ ਤਿਕੋਨੀਆ ਕਢਾਈ ਵਾਲੀਆਂ ਜਾਂ ਰੰਗ-ਬਰੰਗੀਆਂ ਤੇ ਜਵਾਬ ਹੈ ਚੌਥੀ ਆਪਸ਼ਨ ਰੰਗ-ਬਰੰਗੀਆਂ ਅਗਲਾ ਪ੍ਰਸ਼ਨ ਹੈ ਇਤਿਹਾਸਿਕ ਗੁਰਦੁਆਰੇ ਕੋਲ ਸਵਾਰੀਆਂ ਕਿਸ ਦਾ ਇੰਤਜ਼ਾਰ ਕਰ ਰਹੀਆਂ ਹਨ ਢਾਂਗੇ ਦਾ ਸਕੂਟਰ ਦਾ ਬੱਸ ਦਾ ਜਾਂ ਰਿਕਸ਼ੇ ਦਾ ਤੇਜ ਜਵਾਬ ਉੱਤਰ ਹੈ ਤੀਜੀ অপਸ਼ਨ ਬੱਸ ਦਾ ਪਿਆਰੇ ਵਿਦਿਆਰਥੀਓ ਹੁਣ ਆਪਣਾ ਸਕੋਰ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ